ਉਹ ਕਹਿੰਨੇ ਜੀ ਫਿਰ ਤੁਹਾਡਾ ਅੱਗੇ ਕੀ ਫਿਊਚਰ ਪਲਾਨ ਕੀ ਆ ਮੈਂ ਕਹਿਆ ਜੀ ਵੀ ਮੇਰਾ ਤਾਂ ਹਲਕਾ ਧੂਰੀ ਵੀ ਆ ਤੇ ਮੈਂ ਇੱਥੋਂ ਹੀ ਦੋ ਵਾਰ ਐਮਐਲਏ ਲੜਿਆ ਤੇ ਮੈਂ ਤਕਰੀਬਨ 2008 ਤੋਂ ਮੈਂ ਇਸ ਆਪਦੇ ਹਲਕੇ ਨਾਲ ਜੁੜਿਆ ਹੋਇਆ ਹਾਂ ਸੋ ਮੈਂ ਤਾਂ ਇੱਥੋਂ ਹੀ ਲੜਿਆ ਉਹ ਕਹਿੰਨੇ ਜੀ ਜੇ ਅੱਗੋਂ ਕੋਈ ਕੋਈ ਵੀ ਬੰਦਾ ਹੋਊ ਮੈਂ ਕਹਿਆ ਜੀ ਕੋਈ ਵੀ ਬੰਦਾ ਹੋਣ ਦੋ ਜਦੋਂ ਆਪਾਂ ਨੇ ਲੜਨੀ ਵੀ ਆ ਜਦੋਂ ਆਪਣਾ ਹੈ ਹੀ ਘਰ ਇਹ ਸੋ ਇਹ ਜਿਹੜਾ ਸਾਰਾ ਸਿਲਸਿਲਾ ਸੀ ਉਸ ਤੋਂ ਬਾਅਦ ਫਿਰ ਇਹ ਇਸ ਤਰੀਕੇ ਨਾਲ ਸ਼ੁਰੂ ਹੋ ਗਿਆ ਕੋਈ ਇਹਨੂੰ ਇਹ ਇਹਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ ਵੀ ਮੈਂ ਇਹ ਸਿਰਫ ਇਹ ਚੋਣਾ ਕਰਕੇ ਉਹ ਚੀਜ਼ કરી ਤੇ ਇੱਕ ਜਿਹੜਾ ਸਭ ਤੋਂ ਵੱਡੀ ਗੱਲ ਕਿ ਜੋ ਮੈਂ ਉਦੋਂ ਡਿਸੀਜਨ ਲਿਆ ਸੀ ਉਹਦੇ ਨਾਲ ਕਾਫੀ ਲੋਕਾਂ ਨੂੰ ਇੱਕ ਯਾਨੀ ਕਿ ਉਹ ਵਧੀਆ ਨਹੀਂ ਲੱਗਿਆ ਹੈਗਾ ਸੋ ਅੱਜ ਤੱਕ ਕੋਈ ਵੀ ਲੀਡਰ ਇਹ ਚੀਜ਼ਾਂ ਮੰਨਦਾ ਨਹੀਂ ਹੁੰਦਾ ਮੈਂ ਖੁੱਲੇ ਦਿਲ ਨਾਲ ਇਹ ਕਹਿ ਰਿਹਾ ਹਾਂ ਵੀ ਉਸ ਚੀਜ਼ ਦੇ ਉਹ ਜਿਹੜਾ ਮੇਰਾ ਡਿਸੀਜਨ ਸੀ ਉਹਦੇ ਨਾਲ ਕਿਉਂਕਿ ਸਾਡੇ ਵਰਗੇ ਬੰਦਿਆਂ ਤੋਂ ਬਹੁਤ ਉਮੀਦਾਂ ਨੇ ਲੋਕਾਂ ਨੂੰ ਸੋ ਕਈ ਵਾਰ ਅਜਿਹੀ ਦੇਖੋ ਇਨਸਾਨ ਗਲਤੀਆਂ ਨਾਲ ਬੋਤਲਾ ਸੋ ਇਹ ਚੀਜ਼ ਹੋ ਜਾਂਦੀ ਹੈ ਕਈ ਵਾਰ ਸੋ ਉਹ ਚੀਜ਼ ਜਿਹੜੀ ਸੀ ਉਹ ਮੇਰੀ ਇਮੇਜ ਨੂੰ ਵੀ ਉਹਨੇ ਆਇਡੈਂਟ ਕਰਿਆ ਜੋ ਮੈਂ ਮਿਹਨਤ ਕੀਤੀ ਕਿਉਂਕਿ ਮੈਨੂੰ ਤਾਂ ਸਾਨੂੰ ਕਿਹੜਾ ਕੋਈ ਸਿਖਾਉਣ ਵਾਲਾ ਅਸੀਂ ਤਾਂ ਆਮ ਇੱਕ ਮੇਰੇ ਫਾਦਰ ਗਵਰਨਮੈਂਟ ਜੌਬ ਤੇ ਸੀ ਖੇਤੀਬਾੜੀ ਵਾਲਾ ਪਰਿਵਾਰ ਸੀ ਕੋਈ ਰਾਜਨੀਤਿਕ ਪਿਛੋਕੜ ਵੀ ਨਹੀਂ ਸੀ ਨਾ ਹੀ ਅਸੀਂ ਕੋਈ ਤੇ ਕੋਈ ਮੈਂਬਰ ਹੀ ਲੜੇ ਤੇ ਨਾ ਹੀ ਕੋਈ ਸਰਪੰਚ ਹੀ ਲੜੇ ਸੋ ਜਿਵੇਂ ਤੁਸੀਂ ਵੀ ਮੀਡੀਆ ਨੇ ਆਪਾਂ ਸਾਰੇ ਮਿਹਨਤ ਕਰਦੇ ਹਾਂ ਸੋ ਉਸੇ ਮਿਹਨਤ ਦੇ ਨਾਲ ਹੀ ਮੈਂ ਇਸ ਫੀਲਡ 'ਚ ਆਇਆ ਸੀ ਸੋ ਆਪਦੇ ਆਪ ਹੀ ਬੰਦੇ ਨੂੰ ਸਿੱਖਣਾ ਪੈਂਦਾ ਆਪਦੇ ਆਪ ਹੀ ਕੋਖ ਕਰਨੀ ਪੈਂਦੀ ਹੈ ਸਵੈ ਚਿੰਤਨ ਕਰਨਾ ਪੈਂਦਾ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਤੇ ਇਹਦੇ 'ਚ ਦੇਖੋ ਮੇਰੀ ਮੇਰੀ ਔਰੇ ਨਾਰਾਜ਼ਗੀ ਕੀ ਸੀ ਪਾਰਟੀ ਤੋਂ ਇਹੀ ਨਾਰਾਜ਼ਗੀ ਸੀ ਨਾ ਵੀ ਮੈਨੂੰ ਬਾਈ ਇਲੈਕਸ਼ਨ ਲੜਾਈ ਗਈ ਮੇਰੇ ਨਾਲ 24 ਦੀ ਕਮਿਟਮੈਂਟ ਸੀ ਤੇ ਮੈਂ ਉਸੇ ਤਹਿਤ ਤਿਆਰੀ ਕਰ ਰਿਹਾ ਸੀ ਲੋਕ ਸਭਾ ਦੀ ਚਾਹੇ ਉਹ ਕਿਸੇ ਵੀ ਵਿਧਾਨ ਸਭਾ ਦੀ ਗੱਲ ਹੋਵੇ ਸੋ ਉਹ ਜਿਹੜੀ ਚੀਜ਼ ਦੇ ਪਿੱਛੇ ਮੈਂ ਨਾਰਾਜ਼ ਸੀ ਤਾਂ ਅੱਜ ਮੈਂ ਜਾ ਕੇ ਬਰਨਾਲੇ ਵਾਲਾ ਚਾਹੇ ਕੋਈ ਵੀ ਪਾਰਟੀ ਦਾ ਕੈਂਡੀਡੇਟ ਆ ਮੈਂ ਉਹਨਾਂ ਨੂੰ ਉਹੀ ਸਿਚੁਏਸ਼ਨ ਕਿਉਂ ਪੈਦਾ ਕਰਾਂ ਮੈਂ ਆਪਦਾ ਹਲਕਾ ਛੱਡ ਕੇ ਉੱਥੇ ਜਾ ਕੇ ਕਿਸੇ ਦਾ ਹੱਕ ਕਿਉਂ ਮਾਰਾਂ ਸੋ ਇਹ ਇਹ ਗੱਲ ਆ ਜਿਹੜੀ ਸਾਰੀ ਸੀ ਨਹੀਂ ਕੁਝ ਇਹ ਨਹੀਂ ਕਿ ਇੱਕ ਇੱਕ ਤਾਂ ਮਨ ਲੱਗਣ ਦੀ ਗੱਲ ਹੁੰਦੀ ਹੈ ਬਈ ਤੁਸੀਂ ਇੱਕ ਲਗਾਤਾਰ ਇੱਕ ਆਰਗੇਨਾਈਜੇਸ਼ਨ ਚ ਕੰਮ ਕਰਿਆ ਸੋ ਇਹ ਕੋਈ ਇਹਦੇ ਚ ਕੋਈ ਐ ਨਹੀਂ ਵੀ ਮੈਨੂੰ ਕੋਈ ਨਾਰਾਜ਼ਗੀ ਹੈ ਜੋ ਉਹਨਾਂ ਨੇ ਮੈਨੂੰ ਮੈਨੂੰ ਬਹੁਤ ਸਤਿਕਾਰ ਕਰਦੇ ਨੇ ਸੀਐਮ ਸਾਹਿਬ ਨਾਲ ਮੇਰਾ ਪੁਰਾਣਾ ਰਿਸ਼ਤਾ ਕੋਈ ਇਹੋ ਜੀ ਗੱਲ ਨਹੀਂ ਪਰ ਮੈਂ ਇੱਕ ਯਾਨੀ ਕਿ ਇੱਕ ਹਰੇਕ ਦਾ ਇੱਕ ਸਿਸਟਮ ਤੁਸੀਂ ਵੀ ਅਲੱਗ-ਅਲੱਗ মিডিਆ ਦੇ ਆਧਾਰਿਆਂ ਚ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਨੂੰ ਹਰ ਇੱਕ ਚੀਜ਼ ਅਲੱਗ-ਅਲੱਗ ਦੇਖੋ ਸਿਚੁਏਸ਼ਨ ਹੁੰਦੀ ਆ ਹਰ ਇੱਕ ਜਗ੍ਹਾ ਤੇ ਅਲੱਗ ਇੱਕ ਸਮਝ ਲਓ ਬਿਹੇਵੀਅਰ ਹੁੰਦਾ ਜਾਂ ਇੱਕ ਵਾਤਾਵਰਨ ਦਾ ਅਲੱਗ-ਅਲੱਗ ਸਿਰ ਜਾਂਦਾ ਸੋ ਮੈਂ ਕਦੇ ਵੀ ਯਾਨੀ ਕਿ ਬਹੁਤਾ ਟੱਚ ਹੋਈ ਨਹੀਂ ਸਕਿਆ ਉਹਨਾਂ ਦੀ ਕੋਈ ਗਲਤੀ ਨਹੀਂ ਇਹ ਮੇਰੇ ਹੀ ਯਾਨੀ ਕਿ ਮੈਂ ਆਪਦੇ ਤੇ ਹੀ ਗੱਲ ਲੈਣਾ ਮੈਂ ਕਿਸੇ ਨੂੰ ਨਹੀਂ ਇਹਦੇ ਚ ਬਲੇਮ ਕਰਦਾ ਸਮਝੋ ਵੀ ਇਹ ਕਹਿਣਾ ਚਾਹੁੰਦਾ ਕਿ ਆਮਾਦੀ ਪਾਰਟੀ ਚ ਜਾਣਾ ਤੁਹਾਡੀ ਗਲਤੀ ਸੀਗੀ ਤੇ ਦਲਤੀ ਨਹੀਂ ਇਹ ਤਾਂ ਮੈਂ ਬਿਲਕੁਲ ਥੋਕੇ کہہ ਰਿਹਾ ਵੀ ਜਿਹੜਾ ਮੇਰਾ ਉਹ ਡਿਸੀਜਨ ਸੀਗਾ ਉਹਦੇ ਨਾਲ ਮੇਰੇ ਚਾਹਣ ਵਾਲਿਆਂ ਨੂੰ ਮੇਰੇ ਪਿਆਰ ਕਰਨ ਵਾਲਿਆਂ ਨੂੰ ਉਹ ਚੀਜ਼ ਵਧੀਆ ਨਹੀਂ ਲੱਗੀ ਉਦੇ ਨਾਲ ਉਹਨਾਂ ਦੇ ਨਾਲ ਨਾਲ ਮੇਰੀ ਇਮੇਜ ਨੂੰ ਵੀ ਜਿਹੜਾ ਇੱਕ ਡੈਂਟ ਲੱਗਿਆ ਯਾਨੀ ਕਿ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਜਿਹੜੇ ਬੰਦੇ ਤੁਹਾਡੇ ਨਾਲ ਜੁੜੇ ਹੁੰਦੇ ਨੇ ਸੋ ਇਹ ਕੋਈ ਇਹ ਨਹੀਂ ਹੈਗਾ ਕਿ ਉੱਧਰ ਕੋਈ ਇਹ ਮੇਰਾ ਡਿਸੀਜਨ ਗਲਤ ਸੀ ਮੈਂ ਕਿਸੇ ਪਾਰਟੀ ਨੂੰ ਨਹੀਂ ਇਹ ਕਹਿ ਰਿਹਾ ਵੀ ਉਹ ਚੰਗੀ ਆ ਜਾਂ ਮਾੜੀ ਆ ਇਹ ਤਾਂ ਮੇਰਾ ਪਰਸਨਲ ਡਿਸੀਜਨ ਆ ਮੈਂ ਆਜ਼ਾਦੀ ਤੌਰ ਤੇ ਖੁਦ ਹੀ ਜ਼ਿੰਮੇਵਾਰੀ ਲੈ ਸਕਦਾ ਕਿ ਮੈਂ ਇੱਕ ਨਾਮ ਉਹਨਾਂ ਨੇ ਮੈਨੂੰ ਕੋਈ ਚੰਗਾ ਕਿਹਾ ਤੇ ਨਾ ਉਹਨਾਂ ਨੇ ਕੋਈ ਮੈਨੂੰ ਮਾੜਾ ਕਿਹਾ ਤੇ ਨਾ ਹੀ ਕੋਈ ਉਸ ਤਰੀਕੇ ਨਾਲ ਮੇਰਾ ਕੋਈ ਮੈਂ ਉਹਨਾਂ ਨਾਲ ਤੁਸੀਂ ਨੇ ਦੇਖਿਆ ਹੀ ਹੋਣਾ ਇਸ ਤੋਂ ਆ ਹੁਣੀ ਰੀਸੈਂਟਲੀ ਹਰਿਆਣਾ ਇਲੈਕਸ਼ਨ ਨਿਕਲ ਕੇ ਗਈ ਆ ਹੁਣੀ ਪੰਚਾਇਤੀ ਇਲੈਕਸ਼ਨਾਂ ਨਿਕਲੀਆਂ ਨੇ ਉਰੇ ਮੈਂ ਸਾਰਾ ਹਵਦੇ ਢੇ ਨਾਲ ਇਲੈਕਸ਼ਨ ਲੜੀ ਆ ਯਾਨੀ ਕਿ ਤੇ ਇਹ ਕੋਈ ਅੱਜ ਦੀ ਨਹੀਂ ਗੱਲ ਇਹ ਤਾਂ ਮੀਡੀਆ ਚ ਕੱਲ ਪਰਸੋਂ ਆ ਗਈ ਉਹ ਤਾਂ ਅਦਰਵਾਜ਼ ਤਾਂ ਇਹ ਮੈਂ ਉਰੇ ਪੰਚਾਇਤਾਂ ਚ ਯਾਨੀ ਕਿ ਉਸੇ ਤਰੀਕੇ ਨਾਲ ਕੰਮ ਕਰ ਰਿਹਾ ਆ ਆਪਦਾ ਤੇ ਕਦੇ ਮੈਨੂੰ ਤੁਸੀਂ ਇੱਥੇ ਕਿਸੇ ਉਸ ਤਰੀਕੇ ਨਾਲ ਮੀਟਿੰਗ ਚ ਨਹੀਂ ਦੇਖਿਆ ਹੋਣਾ ਕਾਂਗਰਸ ਚ ਦੁਆਰੇ ਜਾ ਸਕਦੇ ਹੋ ਨਹੀਂ ਹਜੇ ਕੋਈ ਫਿਲਹਾਲ ਇਹ ਵੀ ਗੱਲ ਕਈ ਨਿਊਜ਼ ਚੈਨਲ ਵਾਲੇ ਨੇ ਵਿਚਾਰਿਆਂ ਨੇ ਚਲੋ ਭਰਾ ਹੁੰਦੇ ਨੇ ਉਹਨਾਂ ਨੇ ਇਹ ਲਾਇਆ ਬਟ ਹਜੇ ਫਿਲਹਾਲ ਇਹਦੇ ਤੇ ਕਿਉਂਕਿ ਇਹ ਤਾਂ ਅਚੰਚੇ ਉਦੋਂ ਬਾਅਦ ਹੀ ਸਾਰੇ ਯਾਨੀ ਕਿ ਆਪਣੇ ਭਰਾ ਆ ਗਏ ਉਹ ਅਸੀਂ ਉਰੇ ਪੰਚਾਇਤਾਂ ਦਾ ਧੰਨਵਾਦ ਕਰ ਰਹੇ ਸੀਗੇ ਸਾਰੇ ਉਹ ਵਿੱਚ ਉਹਨਾਂ ਨੇ ਪੁੱਛਿਆ ਤੇ ਮੈਂ ਉਹੀ ਜਿਹੜੀ ਗੱਲ ਕਹੀ ਜਿਹੜੀ ਤੁਹਾਡੇ ਸਾਹਮਣੇ ਆ ਸਾਰੀ ਸੋ ਹਜੇ ਮੈਂ ਫਿਲਹਾਲ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਅਫੀਲੀਏਟਡ ਨਹੀਂ ਹੈਗਾ ਮੈਂ ਸਾਰੇ ਕਿਉਂਕਿ ਤੁਸੀਂ ਇਕੱਲੇ ਨਹੀਂ ਹੁੰਦੇ ਤੁਹਾਡੇ מאਗਰ ਇੱਕ ਬਹੁਤ ਵੱਡੀ ਟੀਮ ਚੱਲਦੀ ਆ ਸੋ ਮੇਰਾ ਜਿਹੜਾ ਹਜੇ ਤੱਕ ਫਿਲਹਾਲ ਇਹੀ ਆ ਵੀ ਮੈਂ ਕੋਈ ਜ਼ਰੂਰੀ ਨਹੀਂ ਵੀ ਕਿਸੇ ਦਾ ਸਹਾਰਾ ਲੈ ਕੇ ਤੁਸੀਂ ਕੁਝ ਕਰ ਸਕਦੇ ਹੋ ਤੁਸੀਂ ਆਪ ਦੇ ਘਰੇ ਬੈਠੇ ਹੋ ਰਹੇ ਤੁਸੀਂ ਇੱਥੇ ਮਿਹਨਤ ਕਰਦੇ ਹੋ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਆਪਾਂ ਫਿਲਹਾਲ ਸਾਰਿਆਂ ਦਾ ਜੋ ਅਗਲਾ ਡਿਸੀਜਨ ਹੋਊਗਾ ਹਜੇ ਬਹੁਤ ਲੰਬਾ ਸਮਾਂ ਪਿਆਸਤਾਈ ਦੇ ਵਿੱਚ ਸੋ ਸੋਚ ਵਿਚਾਰ ਕੇ ਕੋਈ ਕਾਹਲ ਦੇ ਵਿੱਚ ਨਹੀਂ ਹੈਗਾ ਮੈਂ 2027 'ਚ ਆਜ਼ਾਦ ਵੀ ਲੜ ਸਕਦੇ ਜੇ ਤੁਸੀਂ ਕੋਈ ਪਾਰਟੀ ਜੋਇਨ ਹਾਂ ਮੈਂ ਮੈਂ ਧੂਰੀ ਤੋਂ ਲੜੂੰਗਾ ਇਹ ਮੇਰਾ ਘਰ ਆ ਮੈਂ ਇੱਥੋਂ ਤੋਂ ਹੀ ਆਪਣਾ ਕੈਰੀਅਰ ਸ਼ੁਰੂ ਕਰਿਆ ਹੋਇਆ ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਇਲੈਕਸ਼ਨ ਕੰਟੈਸਟ ਕਰਨ ਤੋਂ ਬਾਅਦ ਮੈਂ ਧੂਰੀ ਵਿਖੇ ਆਇਆ ਸੋ ਲਗਾਤਾਰ 2008 ਤੋਂ ਮੈਂ ਇੱਥੇ ਵਿਚਰ ਰਿਹਾ 2012 ਦੇ ਵਿੱਚ ਵੀ ਮੈਂ ਟਿਕਟ ਮੰਗ ਰਿਹਾ ਸੀ 2014 ਦੇ ਵਿੱਚ ਵੀ ਮੈਂ ਬਾਈ ਇਲੈਕਸ਼ਨ ਹੋਈ ਸੀ ਮੈਂ ਟਿਕਟ ਮੰਗ ਰਿਹਾ ਸੀ 2017 ਚ ਮੈਨੂੰ ਮੌਕਾ ਮਿਲਿਆ ਇਲੈਕਸ਼ਨ ਲੜਨ ਦਾ ਸਾਰਿਆਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਹੋ ਕੇ ਮੈਨੂੰ ਸਪੋਰਟ ਕਰੀ ਇੱਥੇ ਜੇ 2002 ਦੀ ਗੱਲ ਕਰੀਏ ਜਦੋਂ ਧੂਰੀ ਹਲਕਾ ਇਹ ਨਵੇਂ ਸਿਰਿਓਂ ਬਣਿਆ ਸੀਗਾ ਪਹਿਲਾਂ ਕੁਝ ਪਿੰਡ ਜਾਨਕਿ ਇਹ ਅਲੱਗ-ਅਲੱਗ ਜਿਹੜੇ ਕੁਝ ਪਿੰਡ ਹੋਣਾ ਅਮਰਗੜ੍ਹ ਚ ਚਲੇ ਗਏ ਜਾਂ ਕੁਝ ਮਹਿਲਕਲਾ ਚਲੇ ਗਏ 2002 ਚ 2002 ਦੇ ਵਿੱਚ ਸਭ ਤੋਂ ਪਹਿਲਾਂ ਗਗਨਜੀਤ ਸਿੰਘ ਬਰਨਾਲਾ ਜਿੱਤੇ ਦੂਸਰੇ ਯਾਨੀ ਕਿ ਰਨਰ ਅਪ ਦੇ ਚ ਇਕਬਾਲ ਸਿੰਘ ਝੁੰਦਾ ਰਹੇ ਫਿਰ 2007 ਦੇ ਵਿੱਚ ਇਕਬਾਲ ਸਿੰਘ ਝੁੰਦਾ ਜਿੱਤੇ ਰਨਰ ਅਪ ਦੇ ਚ ਗਗਨਜੀਤ ਬਰਨਾਲਾ ਰਹੇ ਸੋ ਮੇਰੇ ਕਹਿਣ ਦਾ ਭਾਵ ਇਹ ਆ ਕਿ ਇੱਥੇ ਜਿਹੜਾ ਉਦੋਂ ਵੀ ਸਾਰਾ 17 ਚ ਮੈਨੂੰ ਸਾਰਿਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜੀ ਵੋਟ ਪਾਈ ਸੀਗੀ ਸੋ 2022 ਦੇ ਵਿੱਚ ਬੜੀ ਜਿੰਨੇ ਜੋਗੇ ਆਪਾਂ ਹੈਗੇ ਸੀਗੇ ਉਹਦੇ 'ਚ ਵੀ ਆਪਾਂ ਨੇ ਆਪਦੇ ਸਾਥੀਆਂ ਨਾਲ ਲੈ ਕੇ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਫਾਈਟ ਕਰੀ ਤੇ ਉਸ ਤੋਂ ਬਾਅਦ ਫਿਰ ਪਾਰਟੀ ਨੇ 2022 ਦੀ ਡੇਢ ਮਹੀਨੇ ਬਾਅਦ ਹੀ ਇਲੈਕਸ਼ਨ ਆ ਗਈ ਸੀਗੀ ਲੋਕ ਸਭਾ ਦੀ ਸੋ ਸਾਡੇ ਵੱਡੇ ਲੀਡਰ ਇਥੋਂ ਨਹੀਂ ਕੰਟੈਸਟ ਕਰਨਾ ਚਾਹੁੰਦੇ ਸੀਗੇ ਸੋ ਮੈਨੂੰ ਪਾਰਟੀ ਨੇ ਹੁਕਮ ਕਰਿਆ ਕਿ ਤੂੰ ਲੜ ਮੈਂ ਲੜਿਆ ਸੋ ਇਹ ਜਿਹੜਾ ਹਜੇ ਤੱਕ ਜਿਹੜੀ ਸਾਰੀ ਇਸ ਤੋਂ ਪਹਿਲਾਂ ਵੀ ਜੇ ਤੁਸੀਂ ਆ ਹੁਣ ਹੀ ਰੀਸੈਂਟਲੀ ਗੱਲ ਕਰੋਗੇ ਚਰਚਾ ਚ ਇਹ ਚੀਜ਼ ਹੋਣਾ ਹੀ ਆ ਮੈਂ ਅਜ ਤੋਂ ਅਰਾਊਂਡ 3 ਮਹੀਨੇ ਪਹਿਲਾਂ ਜੇ ਤੁਸੀਂ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦੀ ਗੱਲ ਕਰੋਗੇ ਤਾਂ ਉੱਥੇ ਵੀ ਮੈਂ ਆਪਦੀ ਪਾਰਟੀ ਦਾ ਹੀ ਪ੍ਰਚਾਰ ਕਰਕੇ ਆਇਆ ਜਿਨੇ ਮੈਨੂੰ ਸਮਝ ਲਓ ਨਾਮ ਦਿੱਤਾ ਔਰ ਇਹ ਵੀ ਤੁਸੀਂ ਫੋਟੋਆਂ ਦੇਖ ਸਕਦੇ ਹੋ ਸਾਰੇ ਮੇਰੇ ਯੂਨੀਵਰਸਿਟੀ ਵਾਲੀ ਉਹੀ ਪਾਰਟੀ ਦੀਆਂ ਸੋ ਜੇ ਮੈਂ ਇਹ ਚੀਜ਼ ਕਰਨੀ ਹੁੰਦੀ ਤਾਂ ਮੈਂ ਉੱਥੇ ਸਮਝ ਲਓ ਉੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੰਗ ਨੇ ਇਛਾਵਾਂ ਤਾਂ ਕਦੇ ਵੀ ਇਨਸਾਨ ਦੀਆਂ ਪੂਰੀਆਂ ਨਹੀਂ ਹੁੰਦੀਆਂ ਗੁਰੂ ਮਹਾਰਾਜ ਨੇ ਬਹੁਤ ਕੁਝ ਦਿੱਤਾ ਹੋਇਆ ਬਹੁਤ ਪਿਆਰ ਕਰਦੇ ਨੇ ਸਾਰੇ ਤੇ ਸਿਰ ਝੁਕਦਾ ਸਾਰਿਆਂ ਅੱਗੇ ਸੋ ਮੈਨੂੰ ਪਰਸਨਲੀ ਇਹ ਲੱਗਿਆ ਕਿ ਮੇਰੀ ਇਮੇਜ ਦੇ ਵਿੱਚ ਡੈਂਟ ਲੱਗਿਆ ਸੋ ਉਹ ਚੀਜ਼ ਨੂੰ ਲੈ ਕੇ ਮੈਂ ਤੁਹਾਡੇ ਸਾਹਮਣੇ ਜਿਹੜੀ ਗੱਲ ਗੱਲ ਕਰੀ ਨਹੀਂ ਕਿਹਾ ਸੀ ਕਿ ਗੋੜੀ ਆਵਾਜ਼ ਦੇ ਪਾਰਟੀ ਦਾ ਹਿੱਸਾ ਨਹੀਂ ਰਹੇ ਹਾਂ ਬਿਲਕੁਲ ਮੈਂ ਐਕਟਿਵਲੀ ਕਿਸੇ ਨਾਲ ਵੀ ਕੋਈ ਨਹੀਂ ਨਹੀਂ ਇਹਦੇ ਵਿੱਚ ਦੋ ਚੀਜ਼ਾਂ ਪਾਰਟੀ ਤੋਂ ਅਲੱਗ ਮੈਂ ਮੈਨੂੰ ਲੱਗਦਾ ਕਿ ਮੈਂ ਤਿੰਨ ਵਾਰ ਇਹੀ ਚੀਜ਼ ਦਾ ਜਵਾਬ ਦੇ ਚੁੱਕਿਆ ਹਾਂ ਤੇ ਆਪਾਂ بار بار ਉਹੀ ਚੀਜ਼ ਕਹੀ ਜਾਵਾਂਗੇ ਤਾਂ ਉਹ ਮੈਨੂੰ ਲੱਗਦਾ ਕਿ ਵਧੀਆ ਨਹੀਂ ਲੱਗੂਗੀ ਜਦੋਂ ਉਹੀ ਜੀ ਕੋਈ ਚੀਜ਼ ਹੋਊਗੀ ਉਹ ਵੀ ਮੈਂ ਜ਼ਰੂਰ ਤੁਹਾਨੂੰ ਮੀਡੀਆ ਦੇ ਮੁਖਾਤਿਬ ਹੋ ਕੇ ਕਹੂੰਗਾ ਗੋਲੀ ਜੀ ਤੁਸੀਂ ਗੱਲ ਇੰਟਰਵਿਊ ਕਿਹਾ ਸੀ ਖੈਰਾ ਸਾਹਿਬ ਵੀ ਮੰਨਦੇ ਨੇ ਕਿ ਉੱਥੇ ਆਣਾ ਸਹੀ ਨਹੀਂ ਸੀ ਹਾਂ ਬਿਲਕੁਲ ਇਹ ਤੁਸੀਂ ਨੇ ਵੀ ਦੇਖਿਆ ਹੋਣਾ ਸਾਰੇ ਚੈਨਲਸ ਨੇ ਇੰਟਰਵਿਊਜ਼ ਕਰੀਆਂ ਉਹਨਾਂ ਦੀਆਂ ਤਾਂ ਦੇਖੋ ਮੈਂ ਤਾਂ ਉਹਨਾਂ ਦਾ ਸਤਿਕਾਰ ਕਰਦਾ ਮੇਰੀਆਂ ਤਾਂ ਦੋਵੇਂ ਝੋਣਾ ਚੋਹ ਇੱਥੇ ਮੈਂ ਖੁਦ ਉਹਨਾਂ ਨੂੰ ਇਨਵਾਈਟ ਕਰਕੇ ਇੱਥੇ ਬੁਲਾਇਆ ਸੋ ਉਹਨਾਂ ਨੂੰ ਵੀ ਇਹ ਬਾਅਦ ਚ ਮਹਿਸੂਸ ਹੋਇਆ ਕਿ ਇਹ ਫੈਸਲਾ ਗਲਤ ਸੀਗਾ ਉਹਨਾਂ ਨੇ ਖੁਦ ਤੇ ਉਹ شاید ਜੋ ਉਹ ਉਸ ਟਾਈਮ ਦੇਖੋ ਇਹ ਤਾਂ ਹੁਣ ਉਹ ਚੀਜ਼ ਸਮਾ ਲੰਘ ਗਿਆ ਜੇ ਉਦੋਂ ਉਹ ਚੀਜ਼ ਨਾ ਹੁੰਦੀ ਤਾਂ ਮੈਨੂੰ ਲੱਗਦਾ ਵੀ ਆ ਚੀਜ਼ ਵੀ ਨਾ ਹੁੰਦੀ ਸੋ ਪਰ ਮੈਂ ਤਾਂ ਸਮੇਂ ਰਹਿੰਦੇ ਯਾਨੀ ਕਿ ਇਹ ਚੀਜ਼ ਨੂੰ ਮਹਿਸੂਸ ਕਰਿਆ ਤੇ ਮੈਂ ਆਪਦੇ ਜਿਹੜੇ ਵਿਚਾਰ ਨੇ ਉਹ ਤੁਹਾਡੇ ਨਾਲ ਸਾਂਝੇ ਕਰੇ ਸਮਝਦੇ ਹੋ ਗੋਲ ਜੀ ਕਿ ਆਮਾਦੇ ਪਾਰਟੀ ਦੇ ਵਿੱਚ ਹਾਂ ਬਿਲਕੁਲ ਇਹ ਕਾਫੀ ਮੈਂ ਕੱਲ ਸੁਣ ਰਿਹਾ ਸੀਗਾ ਉਹਨਾਂ ਨੇ ਬਿਲਕੁਲ ਇਹ ਚੀਜ਼ ਕਹੀ ਆ ਤੇ ਉਹ ਕਹਿੰਦੇ ਨੇ ਵੀ ਮੈਨੂੰ ਪਾਰਟੀ ਨੇ ਮੈਨੂੰ ਥਾਪੜਾ ਦਿੱਤਾ ਸੀਗਾ ਤੇ ਕੁਦਰਤੀ ਮੇਰੇ ਨਾਲ ਵੀ ਇਹ ਉਹਨਾਂ ਦੀ ਗੱਲਬਾਤ ਹੋਈ ਅੱਜ ਤੋਂ ਤਕਰੀਬਨ ਡੇਢ ਕਿ ਮਹੀਨਾ ਪਹਿਲਾਂ ਬੜ ਬੜ ਤੁਸੀਂ ਸਾਰੇ ਸੰਗਰੂਰ ਤੋਂ ਬੜ ਬੜ ਬੁੱਲੇ ਸ਼ਾਹ ਦਾ ਟੂਰਨਾਮੈਂਟ ਹੁੰਦਾ ਉੱਥੇ ਤੁਸੀਂ ਨੇ ਮੇਰੀ ਕਵਰੇਜ ਵੀ ਕੀਤੀ ਸੋ ਉਸ ਜਗ੍ਹਾ ਦੇ ਉੱਤੇ ਉਤੋਂ ਵੀ ਮੇਰੀ ਗੱਲ ਹੋਈ ਮੈਂ ਉਦੋਂ ਵੀ ਉਹਨਾਂ ਨੂੰ ਕਿਹਾ ਵੀ ਬੱਟ ਮੈਂ ਇਹ ਲਾਈਨ ਚ ਹੀ ਹੈਣੀ ਕਿ ਯਾਰ ਤੇਰਾ ਹੱਕ ਬਣਦਾ ਤੂੰ ਬੜੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੋਇਆ ਸੋ ਇਹ ਤੁਸੀਂ ਚਾਹੇ ਔਨ ਰਿਕਾਰਡ ਆ ਇਹ ਚਾਹੇ ਤੁਸੀਂ ਪੁੱਛ ਵੀ ਸਕਦੇ ਹੋ ਸੋ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਜਿਹੜਾ ਦੇਖੋ ਮੈਂ ਕੱਲ ਵੀ ਇਹੀ ਬੇਨਤੀ ਕਰੀ ਸੀ ਪਾਰਟੀ ਚ ਹੈ ਕੋਈ ਵੀ ਹੋਵੇ ਉਹਦਾ ਜਦੋਂ ਉਹਦੇ ਨਾਲ ਉਹਦਾ ਕੋਈ ਕਾਰਕੁਨ ਕੋਈ ਵਰਕਰ ਕੰਮ ਕਰਦਾ ਜਦੋਂ ਉਹ ਕਿਸੇ ਕਾਰਨ ਕਰਕੇ ਕੋਈ ਉਹਨੂੰ ਗੁੱਸਾ ਹੁੰਦਾ ਜਾਂ ਨਰਾਜ਼ਗੀ ਹੁੰਦੀ ਹੈ ਜਿਵੇਂ ਅੱਜ ਬਾਠ ਰੂਆ ਸੋ ਮੈਂ ਤਾਂ ਇਹੀ ਚੀਜ਼ ਕਹਿਣੀ ਚਾਹਣਾ ਕਿ ਤੋੜਨ ਨੂੰ ਤਾਂ 1 ਮਿੰਟ ਲੱਗਦਾ ਜੋੜਨ ਨੂੰ ਬਹੁਤ ਸਮਾਂ ਲੱਗ ਜਾਂਦਾ ਤੇ ਉਹਡਾਂ ਨੂੰ ਵੀ ਆਪਦਾ ਬੰਦਾ ਟੁੱਟਾ ਨਹੀਂ ਦੇਣਾ ਚਾਹੀਦਾ ਉਹਦੇ ਨਾਲ ਹਾਂ ਬਿਲਕੁਲ ਵੀ ਉਹਨੂੰ ਨਾਲ ਰੱਖਣਾ ਚਾਹੀਦਾ ਪਾਰਟੀ ਨੂੰ ਉਹਦੀਆਂ ਕੀ ਪ੍ਰੋਬਲਮਸ ਨੇ ਜਾਂ ਕਿੱਥੇ ਕੋਈ ਕਮੀ ਰਹੇਗੀ ਠੀਕ ਹੈ ਨਾ ਉਹਦੇ ਨਾਲ ਇਹ ਗੱਲ ਕਰਨੀ ਚਾਹੀਦੀ ਆ ਤੇ ਮੈਂ ਬਿਲਕੁਲ ਇਹ ਕਹੂੰਗਾ ਕਿ ਉਹ ਮੁੰਡਾ ਮਿਹਨਤੀ ਆ ਹਾਂ ਬਿਲਕੁਲ ਤੇ ਮੇਰੀ ਇਸ ਚੀਜ਼ ਤੇ ਉਸ ਤੋਂ ਬਾਅਦ ਵੀ ਗੱਲ ਹੋਈ ਤਾਂ ਸਾਰਿਆਂ ਨੇ ਚਲੋ ਅਲੱਗ-ਅਲੱਗ ਥੀਵਜ਼ ਹੁੰਦੇ ਨੇ ਸਾਰਿਆਂ ਨੇ ਕਿਹਾ ਵੀ ਉਦੋਂ ਇਲੈਕਸ਼ਨ ਸੀਗੇ ਤਾਂ ਸਮਾਂ ਇਹ ਹਜਾ ਸੀ ਵੀ ਅਸੀਂ ਨਹੀਂ ਅਪਰੋਚ ਕਰ ਸਕੇ ਜਾਂ ਕੁਝ ਵੀ ਪਰ ਜੇ ਐਮਐਲਏ ਦਾ ਗੱਲਬਾਤ ਇੱਕ ਜ਼ਰੀਆ ਗੱਲਬਾਤ ਨਾਲ ਤਾਂ ਵੱਡੇ ਵੱਡੇ ਮੁਲਕਾਂ ਦੀਆਂ ਜੰਗਾਂ ਟਲ ਜਾਂਦੀਆਂ ਨੇ ਇਹ ਤਾਂ ਫੇਰ ਆਪਾਂ ਇੱਕ ਦੂਜੇ ਨਾਲ ਕੰਮ ਕਰਿਆ ਹੁੰਦਾ ਤਾਂ ਕਿਉਂ ਸਮਝ ਲਓ ਤੁਹਾਡੇ ਮਨ 'ਚ ਕੋਈ ਮਾੜੀ ਜੀ ਕੋਈ ਦਿੱਕਤ ਆ ਤਾਂ ਤੁਸੀਂ ਮੈਨੂੰ ਜੇ ਕਹਿ ਦੋਗੇ ਤੁਹਾਡਾ ਢਿੱਡ ਹਲਕਾ ਹੋ ਜਾਊਗਾ ਸੋ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਨਾ ਵਰਕਰਸ ਦੀ ਕਦਰ ਕਰਨੀ ਚਾਹੀਦੀ ਹੈ ਚਾਹੇ ਉਹ ਕੋਈ ਵੀ ਪਾਰਟੀ ਆ ਚਾਹੇ ਉਹ ਕੋਈ ਵੀ ਪਾਰਟੀ ਆ ਹਰ ਇੱਕ ਨੂੰ ਉਹਨਾਂ ਦੀ ਕੋਈ ਜ਼ਰੂਰੀ ਨਹੀਂ ਹੁੰਦਾ ਦੇਖੋ ਆਪਾਂ ਇੱਕ ਆਜ਼ਾਦ ਦੇਸ਼ ਦੇ ਵਾਸੀ ਆ ਸਾਨੂੰ ਵੋਟ ਪਾਉਣ ਦਾ ਹੱਕ ਮਿਲਿਆ ਹੋਇਆ ਸਾਨੂੰ ਇਲੈਕਸ਼ਨ ਲੜਨ ਦਾ ਹੱਕ ਮਿਲਿਆ ਹੋਇਆ ਤੇ ਹਰੇਕ ਦੀ ਇੱਛਾ ਹੁੰਦੀ ਆ ਜੇ ਆਪਾਂ ਮੀਡੀਆ ਧਾਰੇ ਦੀ ਵੀ ਗੱਲ ਕਰੀਏ ਤਾਂ ਕਈ-ਕਈ ਪੱਤਰਕਾਰ ਵੀਰ ਹੁੰਦੇ ਨੇ ਯਾਨੀ ਕਿ ਇੱਕੋ ਪੋਜੀਸ਼ਨ ਤੇ ਸੋ ਮੈਨੂੰ ਲੱਗਦਾ ਕਿ ਸਾਰੀਆਂ ਗੱਲਾਂ ਬਹਿ ਕੇ ਮਸਲੇ ਦਾ ਹੱਲ ਹੁੰਦੀਆਂ ਨੇ ਸੋ ਕਿਸੇ ਪਾਰਟੀ ਨੂੰ ਆਪਦੇ ਵਰਕਰ ਸਹਿਬਾਨ ਤੋੜਨੇ ਨਹੀਂ ਚਾਹੀਦੇ ਉਹਨਾਂ ਨੂੰ ਇਕੱਠੇ ਕਰਕੇ ਨਾਲ ਰੱਖ ਕੇ ਜਿਹੜਾ ਉਹਨਾਂ ਤੋਂ ਉਹਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਨਹੀਂ ਦੇਖੋ ਕਾਂਗਰਸ ਨਾਲ ਅੱਜ ਦਾ ਨਹੀਂ ਵੀ 6 ਮਹੀਨਿਆਂ ਤੋਂ ਹੀ ਲਗਾਤਾਰ ਜਿਹੜੇ ਮੇਰੇ ਸ਼ੁਭਚਿੰਤਕ ਨੇ ਵੱਡੇ ਭੈਣ ਭਰਾ ਨੇ ਉਹਨਾਂ ਦਾ ਸਾਰਿਆਂ ਦਾ ਇਕੱਲਾ ਪੰਜਾਬ ਦਾ ਨਹੀਂ ਦਿੱਲੀ ਤੱਕ ਮੈਂ ਬੈਸਟ ਬੰਗਾਲ ਜਾ ਕੇ ਕੰਮ ਕਰਿਆ ਹੋਇਆ ਮੈਂ ਬੰਬੇ ਕੰਮ ਕਰਿਆ ਹੋਇਆ ਮੈਂ ਹਰਿਆਣਾ ਕੰਮ ਕਰਿਆ ਹੋਇਆ ਮੈਂ ਰਾਜਸਥਾਨ ਕੰਮ ਕਰਿਆ ਹੋਇਆ ਮੈਂ ਯੂਪੀ ਕੰਮ ਕਰਿਆ ਹੋਇਆ ਸੋ ਇੱਕ ਬਹੁਤ ਵੱਡਾ ਪਰਿਵਾਰ ਹੁੰਦਾ ਸੋ ਸਾਰਿਆਂ ਨਾਲ ਮੈਂ ਟੱਚ ਆਂ ਇਸੇ ਤਰੀਕੇ ਨਾਲ ਯੂਨੀਵਰਸਿਟੀ ਦਾ ਜਿਹੜਾ ਸਾਡਾ ਇੱਕ ਜਿੱਥੋਂ ਅਸੀਂ ਲੜਦੇ ਸੀਗੇ ਉੱਥੋਂ ਅਸੀਂ ਸਟੂਡੈਂਟ ਆਰਗੇਨਾਈਜੇਸ਼ਨ ਤੋਂ ਫਿਰ ਯੂਨੀਵਰਸਿਟੀ ਤੋਂ ਅਲੱਗ-ਅਲੱਗ ਰਾਹ ਨਿਕਲਦੇ ਨੇ ਕਈ ਸਾਡੇ ਨੌਜਵਾਨ ਭਾਜਪਾ ਚਲੇ ਗਏ ਕਈ ਸਾਡੇ ਨੌਜਵਾਨ ਅਕਾਲੀ ਦਲ ਚ ਚਲੇ ਗਏ ਕਈ ਸਾਡੇ ਨੌਜਵਾਨ ਆਮ ਆਦਮੀ ਚ ਚਲੇ ਗਏ ਸੋ ਅੱਡੋ-ਅੱਡ ਪਾਰਟੀਆਂ ਦੇ ਨਾਲ ਉਹ ਸਾਰੇ ਜੁੜੇ ਹੋਏ ਨੇ ਸੋ ਕੱਲਾ ਇੱਕ ਪਾਰਟੀ ਦਾ ਨਹੀਂ ਸਾਰਿਆਂ ਨਾਲ ਹੀ ਪਿਆਰ ਪ੍ਰੇਮ ਹੁੰਦਾ ਬਟ ਇਹ ਤੁਰੀ ਦੀ ਸਿਚੁਏਸ਼ਨ ਨੂੰ ਲੈ ਕੇ ਜਾਂ ਮੇਰੀ ਪਰਸਨਲੀ ਕੀ ਸੋਚ ਰਹਿੰਦੀ ਆ ਉਹ ਆਉਣ ਵਾਲੇ ਸਮੇਂ 'ਚ ਮੈਂ ਬਿਲਕੁਲ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖੂੰਗਾ ਪਰ ਮੇਰੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਹੈਗੀ ਕੋਈ ਕੁਝ ਨਹੀਂ ਮੈਂ ਤਾਂ ਆਪਦਾ ਹੀ ਚਿੰਤਨ ਕਰ ਰਿਹਾ ਹਾਂ